कल जी उस गेरिया पुलिस को बड़ी वड्डी एक सफलता हासिल हुई है, जदों कि इत्थे दे रहण वाले हरीश कुमार जिन्हां नूं कोका पंडित भी कहा जाता, कोका पंडित दे नाम काफ़ी मशहूर है, उन्होंने बेटे नूं कुछ जिहड़े आ शरारती अंसर जिहड़े आ इहदे बेटे नाल बाहर बिजनेस करते रहे, अंग्रेज सिंह नां दा बंदा आ, वह अमेरिका दे विच कोई इन्हां नाल लैण देण सीगा, जिस नूं लै के उन्हें दिल विच रंजिश रखते हुए इहदी लड़के दी सिफारिश दित्ती सी, ते वो जिहड़े सिफारिश दे लै के तीन बंदे जिहड़े आ इहनूं पिस्तौल और ऑडा लैके जिहड़े हैगे आ इत्थे जानलेवा हमला करके इहनूं मारन दी नीयत नाल इत्थे आए सी, ते जिन्हां नूं पुलिस ने बड़ी मुस्तैदी नाल जिहड़ा काबू करके उन्होंने पासों जिहड़े आ दो पिस्तौल ते 10 जिंदा रौंद ते 3 जिहड़ियां लोहे दीआं रौडां, एक जिहड़ी आ कार महिंद्रा लोगन जिहनूं वी इन्हां ने जाली नंबर लगाया होया सी उह बरामद कीती। सर जिहड़े आरोपी आए सीगे कांड कर लई, उह कित्थों आए सीगे? ਇਹ ਆਰੋਪੀ ਜਿਹੜੇ ਹੈਗੇ ਆ ਸ਼ਾਹਕੋਟ ਏਰੀਏ ਦੇ ਵਿੱਚੋਂ ਆਏ ਸੀ, ਉੱਥੇ ਵੱਖ ਵੱਖ ਪਿੰਡਾਂ ਦੇ ਆ, ਦੋ ਦੋਸ਼ੀ ਜਿਹੜੇ ਹੈ ਮਾਲੜੀ ਪਿੰਡ ਦੇ ਆ ਅਤੇ ਇੱਕ ਜਿਹੜਾ ਦੋਸ਼ੀ ਹੈਗਾ ਉਹ ਧਰਮੀਵਾਲ ਪਿੰਡ ਦਾ। ਪਹਿਲਾਂ ਕੋਈ ਇਹਨਾਂ 'ਤੇ ਕੇਸ ਚੱਲ ਰਹੇ? ਇਹ ਬੰਬੀਹਾ ਗਰੁੱਪ ਨਾਲ ਅਟੈਚ ਹੈ, ਇਹਨਾਂ ਦੇ ਉੱਤੇ ਪਹਿਲਾਂ ਵੀ ਜਿਹੜਾ ਹੈਗਾ ਆ ਉਹਨੂੰ ਬੰਬੀਹਾ ਗਰੁੱਪ ਦੇ ਬੰਦਿਆਂ ਨੂੰ ਪਨਾਹ ਦੇਣ, ਲੁੱਟ ਖੋਹ ਅਤੇ ਜਿਹੜਾ ਜਬਰੀ ਪ੍ਰਾਪਤੀ ਦੇ ਜਿਹੜੇ ਕੇਸ ਚੱਲ ਰਹੇ ਆ। ਕਿੰਨੀ ਸੁਪਾਰੀ ਦੀ ਮੰਗ ਕੀਤੀ ਗਈ? ਸਪਾਰੀ ਇਹਨਾਂ ਨੇ ਉੱਥੋਂ ਲਈ ਸੀਗੀ, ਜਿਹੜਾ ਮੁੰਡਾ ਅਮੈਰੀਕਾ ਬੈਠਾ ਅੰਗਰੇਜ਼, ਉਹਨੇ ਇਹਨਾਂ ਨੂੰ ਪੈਸੇ ਦਿੱਤੇ ਸੀ 20 ਲੱਖ ਰੁਪਏ ਦੇ ਵਿੱਚ ਇਹਨੂੰ ਜਿਹੜਾ ਮੁੰਡੇ ਨੂੰ ਕਤਲ ਕਰਨ ਦੀ ਇਹਨਾਂ ਨੇ ਜਿਹੜੀ ਆ ਉਹ ਸਪਾਰੀ ਲਈ ਸੀ। ਹੁਣ ਤੱਕ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ? ਪੁਲਿਸ ਵੱਲੋਂ ਤਿੰਨੇ ਦੋਸ਼ੀ ਜਿਹੜੇ ਗ੍ਰਿਫਤਾਰ ਕਰ ਲਏ ਗਏ ਆ ਅਤੇ ਇਹਨਾਂ ਨੂੰ ਪੁੱਛਗਿੱਛ ਚੱਲ ਰਹੀ ਆ, ਅੱਜ ਜਿਹੜਾ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਵੀ ਹਾਸਲ ਕੀਤਾ ਗਿਆ ਅਤੇ ਇਹਨਾਂ ਪਾਸੋਂ ਇਹ ਜਿਹੜੇ ਹਥਿਆਰ ਆ ਇਹਨਾਂ ਨੇ ਕਿੱਥੋਂ ਖਰੀਦੇ ਸੀ ਅਤੇ ਹੋਰ ਵੀ ਕਿਹਦੇ ਇਹਨਾਂ ਨੇ ਟਾਈਅਪ ਹੈਗਾ ਅਤੇ ਉਹ ਸਾਰਾ ਇਹਦੀ ਜਾਂਚ ਚੱਲ ਰਹੀ ਹੈ। ਪਲੱਸ ਜਿਹੜਾ ਹੈਗਾ ਬਾਹਰੋਂ ਬੈਠਾ ਜਿਹੜਾ ਇਹਨਾਂ ਦਾ ਅੰਗਰੇਜ਼ ਸਿੰਘ ਆ ਸਾਥੀ ਜਿਹਨੇ ਇਹ ਸਾਰਾ ਕੰਮ ਦੀ ਪਲੈਨਿੰਗ ਕੀਤੀ ਸੀ, ਉਹਨੂੰ ਵੀ ਜਿਹੜਾ ਹੈਗਾ ਇੱਥੇ ਜਿਹੜਾ ਗ੍ਰਿਫਤਾਰ ਕਰਨ ਲਈ ਸਰਕਾਰ ਰਾਹੀਂ ਲਿਖ ਕੇ ਭੇਜਿਆ ਜਾ ਰਿਹਾ।